ओ यार मेरी गल सुन, आपां सुनाम जाने गे स्कूटरी देख के। मैं स्कूटरी ते लैती, स्कूटरी ले लैने पापे आपा यार। भेज दूगा, कहता तू उन्हें छड़ेगा। जान गुड मॉर्निंग कहिंदी है प्रिया। ओ प्रिया, हाँ जी, चाह पी लो। कितना टाइम होया है? 9 बजे नहीं यार, घंटा को प्लीज सो लें दो। फीवर है? नहीं हूँ ठीक हूँ मैं। चलो चाह ठंडी हो जू यार, फिर दोबारा ले आयो प्लीज। चलो कोई ना यार, समझ आ। चंगा थैंक यू। डोर बंद कर दो प्लीज। कोई ना, कप रात का पिया यार। पापे पापे आ भी मांझ दी यार, रात वाला कप पिया थी। क्यों बंदे आया थोड़े में दोनों जने का की हो गया पापे? ये यार मांझ देगा फिर किड्डी की गल है ना। हुण शर्म नहीं दिनाउंदी हैगी प्यो तू झूठे भांडे वजाई ना बहू दे। ओ यार बेचारी सुती पई आ पापे, ओ रात सी लेट हो गई यार सुनाम तो। क्यों पानी दी बारी ते गई थी रात नु? ओ यार पापे थक गई यार, कमजोरी आ बेचारी। ओ रहण दे, ओ तू रहण दे रहण दे। ਇੰਨਾ ਨਾ ਜਨਾਨੀ ਥੱਲੇ ਲੱਗਿਆ ਕਰ। ਪਾਪੇ ਕੀ ਲੱਗ ਗਿਆ ਮੈਂ ਜਨਾਨੀ ਥੱਲੇ? ਪਹਿਲਾਂ ਮੈਨੂੰ ਐਂ ਦੱਸ, ਲੱਗਣ ਨੂੰ ਮਕਲਾਵਾ ਰਹਿ ਗਿਆ ਪਿੱਛੇ? ਹੈ ਪਾਪੇ ਉੱਚਾ ਨਾ ਬੋਲ ਯਾਰ, ਡਿਸਟਰਬ ਕਰ ਰਿਹਾ ਕਰ ਤੈਨੂੰ। ਪਾਪੇ ਯਾਰ ਹੁਣ ਯਾਰ ਮਾਡਰਨ ਜ਼ਮਾਨਾ ਯਾਰ, ਐਂ ਤਾਂ ਅੰਡਰਸਟੈਂਡਿੰਗ ਕਰਨੀ ਪੈਂਦੀ ਆ ਯਾਰ। ਕੱਲ ਨੂੰ ਲੜਾਈ ਹੋਣ ਲੱਗ ਗਈ ਕਿੱਥੇ ਉਹ ਹੋ ਯਾਰ? ਤੂੰ ਐ ਮਾਡਰਨ ਸਟਾਰ ਨਾਲ ਹੋਰ ਜੋ ਮੇਰੇ ਲਈ ਵਫਾਦਾਰ ਆ, ਮੈਂ ਉਹਦੇ ਲਈ ਫੇਰੀ ਘਰ ਅੱਗੇ ਤੁਰਨੇ ਦੇ। ਪਾਪੇ ਵਫਾਦਾਰ ਨਾ ਬਣੇ ਤੁਸੀਂ। ਪਾਪੇ ਯਾਰ ਵਫਾਦਾਰ ਤਾਂ ਹੈ ਯਾਰ, ਲੱਗ ਜਾਓ ਜੇ ਯਾਰ ਤੂੰ ਸਕਮਾਈ ਦਾ ਕਿੱਡੀ ਕੁ ਗੱਲ ਆ ਯਾਰ। मेरी गल सुन पापे यार, साडे च तां यार आई रलूगा ठीक है। बेचारी बीबी नाल लड़दा रहिंदा सी, तू पहला सीधा ना लड़िए, असीं तां सोथा बना के रखीए। ਮੈਨੂੰ ਤੋਰ ਦੋ ਹੱਦ ਵਾਰ ਫਿਰ, ਹੈ ਕਟਾ ਦੇ ਟਿਕਟ ਗੱਡੀ ਦੀ ਮੇਰੀ। ਉਹ ਹੀ ਲੱਗ ਜਾਣਾ ਦਾ ਪਹਿਲਾਂ 1.5 ਲੱਖ ਰੁਪਿਆ ਮੋਬਾਈਲ ਲੈ ਕੇ ਦਿੱਤਾ। ਦੱਸ ਕੀ ਭੈਣ ਦੁੱਧ ਦੇਊਗਾ ਮੋਬਾਈਲ? ਉਹ ਪ੍ਰਿਆ, ਹਾਂਜੀ, ਉੱਠੋ ਨਾ ਯਾਰ, ਥੋੜੀ ਦੇਰ ਸੌ ਲੈਣ ਦੋ। ਉਹ ਯਾਰ ਦੇਖ 9 ਤੋਂ ਉੱਪਰ ਹੋ ਗਿਆ ਟਾਈਮ, ਮੈਨੂੰ ਕਿਹੜਾ ਕੋਈ ਕੰਮ ਹੈ। ਉਹ ਚਲੋ ਉੱਠ ਜਾ ਨਾ ਯਾਰ, ਪਾਪਾ ਲੜ ਰਿਹਾ ਯਾਰ, ਕਹਿੰਦਾ ਬੁਰੇ ਲੱਗਦੇ ਨੇ ਤੁਹਾਨੂੰ, ਤੁਹਾਡੇ ਪਾਪਾ ਨੇ ਜਾਨ ਖਾਣੀ ਕੀਤੀ ਪਈ ਆ, ਸੌ ਨਹੀਂ ਸਕਦੇ ਹੋ ਵੀ। ਕੋਈ ਨਾ ਉੱਠ ਜਾਓ ਯਾਰ, ਰਾਤ ਬਹੁਤ ਲੇਟ ਹੋ ਗਈ ਯਾਰ, ਥੋੜ੍ਹੇ ਜਿਹੇ ਹੋ ਰਹੇ ਨੇ ਨਾ ਵਾਲ। ਚਾਹ ਦੇ ਦਿਓ ਪਲੀਜ਼। ਚਾਹ ਪੀਤੀ ਨਹੀਂ ਹੈ। ਆ ਲਓ ਕੁੱਕੀ। ਉਹ ਯਾਰ ਕੁੱਕੀ ਤਾਂ ਮੁੱਕ ਗਈ ਯਾਰ, ਪਾਪਾ ਖਾ ਗਿਆ ਅੱਧੀ ਡੱਬੀ। ਅੱਜ ਲਿਆ ਦੂੰਗਾ ਯਾਰ, ਹਮੇਸ਼ਾ ਰੋਜ਼ ਦਾ ਤੁਹਾਡਾ ਇਹ। ਸੌਰੀ ਯਾਰ, ਅੱਜ ਲਿਆ ਦੂੰਗਾ ਯਾਰ। ਤੁਸੀਂ ਨਾ ਪਲੀਜ਼ ਇੱਦਾਂ ਨਾ ਕਰਿਆ ਕਰੋ, ਤੁਹਾਨੂੰ ਪਤਾ ਜਿਹੜੀ ਚੀਜ਼ ਮੈਨੂੰ ਪਸੰਦ ਹੈ। ਅੱਜ ਲਿਆ ਦੂੰਗਾ ਯਾਰ, ਅੱਜ ਲਿਆ ਦੂੰਗਾ ਪਲੀਜ਼, ਅੱਜ ਲਿਆ ਦੂੰਗਾ। ਇੱਕ ਨਾ ਪਾਪੇ ਤੋਂ ਚੋਰੀ ਰੱਖਿਆ ਕਰੋ ਆਪਦੇ ਤੋਂ। ਨਹੀਂ ਅੱਜ ਲਿਆ ਦੂੰਗਾ ਯਾਰ, ਕੋਈ ਨਾ। ਯੂ ਨੋ ਨਾ, ਆਈ ਲਵ ਯੂ ਬੇਬੀ, ਆਈ ਲਵ ਯੂ ਟੂ ਬੇਬੀ। ਤੁਸੀਂ ਨਹੀਂ ਪੀਣੀ ਚਾਹ? ਨਹੀਂ ਤੁਸੀਂ ਪੀਓ। ਨਹੀਂ ਮੈਂ ਨਹੀਂ ਪੀਣੀ, ਥੋੜ੍ਹੀ ਜਿਹੀ ਪੀਓ ਬਸ। ਬੇਬੀ ਬੋਲੋ, ਨਵਾਂ ਫੋਨ ਲਾਂਚ ਹੋ ਰਿਹਾ ਲੈ ਲਾ। ਉਹ ਯਾਰ ਪ੍ਰਿਆ ਹੁਣ ਤਾਂ ਲੈ ਕੇ ਦਿੱਤਾ ਯਾਰ ਤੈਨੂੰ 14 ਯਾਰ, ਆ ਪਿਛਲੇ ਮਹੀਨੇ ਦਾ ਲੈ ਕੇ ਦਿੱਤਾ ਯਾਰ, ਐਂ ਥੋੜ੍ਹੀ ਹੁੰਦਾ ਯਾਰ। ਬੇਬੀ ਇੱਦਾਂ ਕਿਉਂ ਬੋਲਦੇ ਹੋ? ਉਹ ਯਾਰ ਦੇਖੀ ਯਾਰ, ਮੇਰਾ ਡੈਡੀ ਲੜ ਰਿਹਾ ਯਾਰ, ਹਜੇ ਤੇਰੇ ਪੈਸੇ ਵੀ ਨਹੀਂ ਕਰਦੇ। ਉਹ ਕਰਦਾ ਯਾਰ ਪਿਆਰ, ਫਿਰ ਐਂ ਥੋੜ੍ਹੀ ਹੁੰਦਾ ਯਾਰ, ਹੁਣ ਦੇਖੀ ਯਾਰ ਕਿੱਥੋਂ ਲੈ ਕੇ ਦੇਵਾਂ ਮੈਂ, 14 ਵੀ ਮੈਂ ਤਾਂ ਮਸਾ ਲੈ ਕੇ ਦਿੱਤਾ। ਉਹ ਰੋ ਨਾ ਯਾਰ, ਚੁੱਪ ਕਰ, ਉਹ ਲੇਟੈਸਟ ਹੈ, ਇਹ ਪੁਰਾਣਾ ਹੋ ਗਿਆ। ਚੱਲ ਕੋਈ ਨਾ ਯਾਰ, ਦੇਖਦਾ ਮੈਂ ਲੈ ਲੂੰਗਾ, ਪਰ ਰੁਕਣਾ ਪੈਣਾ ਹਜੇ ਥੋੜ੍ਹਾ ਟਾਈਮ। ਬੇਬੀ ਹੁਣ ਅਗਲੇ ਹਫ਼ਤੇ ਲਾਂਚ ਹੋ ਰਿਹਾ। ਚੱਲ ਕੋਈ ਨਾ ਯਾਰ, 1-2 ਵੀਕ ਤਾਂ ਰੁਕ ਯਾਰ। ਓਕੇ ਯਾਰ, ਤੈਨੂੰ ਖੁਸ਼ ਦੇਖਣਾ ਚਾਹੁੰਦਾ ਮੈਂ, ਠੀਕ ਆ? ਫਿਰ ਵੀ ਜਲਦੀ, ਕੋਈ ਨਾ ਜਲਦੀ, ਮੇਰਾ ਬੱਚਾ ਹੈ, ਕੋਈ ਗੱਲ ਨਹੀਂ, ਲੈ ਦੂੰਗਾ ਮੈਂ, ਪਰ ਥੋੜ੍ਹਾ ਜਿਹਾ ਪਾਪਾ ਨੂੰ ਮਨਾਉਣਾ ਪੈਣਾ ਤਾਂ ਕਰਕੇ। ਬੇਬ ਹਰੇਕ ਗੱਲ ਹੀ ਤੁਸੀਂ ਇੱਦਾਂ ਕਹਿੰਦੇ ਹੋ। ਉਹ ਚੱਲ ਕੋਈ ਨਹੀਂ ਯਾਰ, ਲੈ ਦੂੰਗਾ ਯਾਰ, ਤੈਨੂੰ ਕਹੀ ਤਾਂ ਜਾਂਦਾ ਪ੍ਰਿਆ।
ਤੁਸੀਂ ਮੈਨੂੰ ਪਿਆਰ ਹੁਣ ਘੱਟ ਕਰਨ ਲੱਗ ਗਏ। ਓ ਯਾਰ ਕਰਦਾ ਮੈਂ ਪਿਆਰ ਕਰਦਾ ਮੈਂ ਠੀਕ ਆ। ਚਲੋ ਤੁਸੀਂ ਫਰੈਸ਼ ਹੋ ਜਾਓ। ਠੀਕ ਹੈ ਬੇਬੀ। ਓਕੇ ਓਕੇ। ਆ ਬੈਠੇ ਆ। ਕਿਵੇਂ ਸਿੰਮੂ? ਕੀ ਹਾਲ ਨੇ ਬੱਬੂ? ਵਧੀਆ। ਹੋਰ ਠੀਕ ਆ ਯਾਰ? ਵਧੀਆ ਵਧੀਆ। ਹੋਰ ਕਿੱਥੇ ਫਿਰਦਾ? ਉਹ ਮੈਂ ਤਾਂ ਇੱਧਰੋਂ ਯਾਰ ਗੋਰੇ ਦੀ ਦੁਕਾਨ ਤੇ ਗਿਆ ਸੀ ਮੋਬਾਈਲਾਂ ਵਾਲੇ ਦੀ, ਤੇ ਉਹ ਹੈ ਹੀ ਨਹੀਂ। ਕਿਉਂ? ਕੀ ਗੱਲ? ਫੋਨ ਫੂਨ ਖਰਾਬ ਹੋ ਗਿਆ? ਨਾ ਯਾਰ, ਉਹ ਇੱਕ ਹੁਣ 15 ਫੋਨ ਆਇਆ ਯਾਰ ਉਹਦੇ ਬਾਰੇ ਪੁੱਛਣ ਗਿਆ ਸੀ। ਤੈਨੂੰ ਪਤਾ ਕੁਛ ਉਹਦੇ ਬਾਰੇ? ਹਾਂ, ਫੋਨ ਤਾਂ ਵਧੀਆ ਹੈਗਾ ਉਹ। ਪਹਿਲਾਂ ਤੂੰ ਲੈ ਕੇ ਨਹੀਂ ਗਿਆ ਸੀਗਾ ਯਾਰ? ਮੇਰੇ ਖਿਆਲ 14 ਲੈ ਕੇ ਗਿਆ ਸੀ ਮੇਰੇ ਖਿਆਲ। ਉਹ ਲੈਤਾ ਸੀਗਾ ਪਿਛਲੇ ਮਹੀਨੇ ਲੈਤਾ ਸੀ ਯਾਰ। ਤੇਰੀ ਭਰਜਾਈ ਕਹਿੰਦੀ 15 ਲੈਣਾ। ਅੱਛਾ, ਉਹ ਤਾਂ ਹਾਲੇ ਹਫ਼ਤੇ ਤੱਕ ਲਾਂਚ ਹੋਊਗਾ। ਅੱਛਾ, ਹੋਰ ਹਾਲੇ ਕਿਹੜਾ ਲਾਂਚ ਹੋਇਆ ਉਹ? ਤੇਰੀ ਭਰਜਾਈ ਕਹਿੰਦੀ ਯਾਰ ਲੈਣੀ 15। ਅੱਛਾ, ਵਧੀਆ ਗੱਲ ਆ। ਚੱਲ ਹੋਰ ਵਧੀਆ ਸ਼ੌਂਕ ਜੇ ਪੂਰਨਾ ਭਰਜਾਈ ਦੇ ਫਿਰ। ਬਈ ਲੈ ਕਿਉਂ ਨਾ ਪੂਰੀਏ ਯਾਰ, ਦੇਖ ਲੈ ਕਿੰਨਾ ਟਾਈਮ ਹੋ ਗਿਆ ਲਵ ਮੈਰਿਜ ਨੂੰ। ਨਹੀਂ, ਅੱਜ ਕੱਲ੍ਹ ਦੀਆਂ 2 ਦਿਨ ਨਹੀਂ ਟਿਕਦੀਆਂ। ਵਧੀਆ, ਤੁਹਾਡੇ ਘਰ ਦੇ ਲਵ ਮੈਰਿਜ ਵਾਸਤੇ ਵੀ ਮੰਨ ਗਏ ਸੀਗੇ? ਬਈ ਅੰਡਰਸਟੈਂਡਿੰਗ ਆ ਸਾਡੀ, ਮੇਰੀ ਗੱਲ ਸੁਣ ਲਾ ਸਿਮੂ। ਅੱਜ ਕੱਲ੍ਹ ਦੀਆਂ ਤਾਂ ਬਈ 2 ਦਿਨ ਨਹੀਂ ਟਿਕਦੀਆਂ। ਜੇ ਮੈਂ ਉੱਚੀ ਬਾਤ 'ਚ ਬੋਲਵਾ ਮਾੜਾ ਜਿਹਾ ਰੋਣ ਲੱਗ ਜਾਂਦੀ ਆ। ਬਹੁਤ ਪਿਆਰ ਕਰਦੀ ਆ ਯਾਰ ਮੈਨੂੰ। ਆ ਹੋਰਾਂ ਦੀਆਂ ਦੇਖ ਲੈ, ਮੈਥੋਂ ਬਿਨਾਂ ਪੁੱਛੇ ਕਿਤੇ ਜਾਂਦੀ ਨਹੀਂ ਹੈਗੀ। ਆ ਹੋਰਾਂ ਦੀਆਂ ਨੇਗੀਆਂ, 2-2 ਫੋਨ ਰੱਖਦੀਆਂ ਨੇ ਲਵੇ। ਸਹੀ ਗੱਲ ਹੈ, ਹੋਰ ਨਾਲ ਗੱਲਾਂ ਕਰਨਾ ਚਾਹੀ ਨਹੀਂ, ਪਤਾ ਕੀ ਨਾਲ ਗੱਲਾਂ ਮਾਰੀ ਯਾਰ। ਮੈਂ ਤੁਹਾਨੂੰ ਕਹਿ ਰੱਖਿਆ ਵਾ ਵੀ ਕੋਈ ਗੱਲ ਨਹੀਂ, ਖਰਚੇ ਖੁਰਚੇ ਦਾ ਮੈਨੂੰ ਕੋਈ ਡਰ ਨਹੀਂ। ਆ ਹੁਣ ਪਿੱਛੇ ਜੇ 14 ਦਵਾਇਆ ਸੀ, ਹੁਣ 15 ਦਵਾਊਂਗਾ। ਇਹਦੇ 'ਚ ਨਹੀਂ ਕੋਈ ਲੋਇਲ ਕੁੜੀ ਵੀ ਨਹੀਂ ਹੋਣੀ ਮੈਨੂੰ ਲੱਗਦਾ, ਜਿੰਨੀ ਮੇਰੇ ਨਾਲ ਲੋਇਲ ਚੱਲ ਰਹੀ ਆ ਇਹ। ਠੀਕ ਹੈ, ਇਹ ਤਾਂ ਯਾਰ ਬਾਹਲੀ ਨਰਮ ਹੈਗੀ, ਬਾਹਲੀ ਨਰਮ ਹੈ। ਪਰ ਹੁਣ ਯਾਰ ਬਈ ਡਿਮਾਂਡਾਂ ਤਾਂ ਫਿਰ ਪੂਰਨੀ ਪੈਂਦੀਆਂ ਨੇ। ਨਾ, ਸੋਹਣੀ ਜਨਾਨੀ ਦੀਆਂ ਡਿਮਾਂਡਾਂ ਤਾਂ ਪੂਰਨੀਆਂ ਪੈਂਦੀਆਂ। ਪੈਸਾ ਇੱਕ ਦੇ ਤਰਕੇ ਲੈ ਜਾਵਾਂਗੇ ਜਾਂ ਉਹਨੇ ਖਰਚਤਾ ਜਾਂ ਮੈਂ ਖਰਚਤਾ? ਪੈਸੇ ਪੁੱਛਦਾ ਕੋਈ ਚੱਕਰ ਨਹੀਂ ਮੈਨੂੰ। ਆਇਆ ਯਾਰ ਫੈਮਿਲੀ ਦੇ ਵਿੱਚ ਫੁੱਟ ਨਾ ਪਵੇ। ਨਾ, ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ ਯਾਰ ਆਪਦੀ, ਹੈਨਾ? ਇਹਦਾ ਲੋਕ ਹੁੰਦੇ ਨੇ ਬਾਈ ਬੋਲਦੀ ਰਹਿੰਦੇ ਨੇ ਤੀਵੀਂ ਥੱਲੇ ਲੱਗ ਰਿਹਾ ਫਲਾਣਾ ਯਾਰ ਆਪਦੀ ਤੀਵੀਂ ਆ। ਬਜਾਜ ਦੇ ਮਿਲ ਜੂ ਸੀ ਮੂੰਹ ਫਿਰ? ਹਾਂ, ਮਿਲ ਜੂਗਾ। ਉਹ ਤਾਂ ਫੋਨ ਵੀ ਵਧੀਆ ਯਾਰ, 1,30,000 ਦੇ ਨੇੜੇ ਤੇੜੇ ਸਟਾਰਟ ਹੋ ਜੂਗਾ ਉਹ ਤੈਨੂੰ। ਉਹ ਯਾਰ ਸਟਾਰਟ ਹੋ ਜਾਏ, ਮੈਂ ਤਾਂ ਉਹਦੀ ਲੈ ਕੇ ਦੇ ਦੂ। ਉਹਦੇ ਉੱਤੋਂ ਦੇ ਤਾਂ ਯਾਰ ਮੈਨੂੰ ਕੁਛ ਨਹੀਂ ਹੈਗਾ, ਜਾਨ ਮੰਗੇ ਜਾਨ ਵੀ ਦੇ ਦਾਂਗਾ। ਉਹ ਤਾਂ ਤੂੰ ਕਿਹਾ ਸੀ ਦੁਕਾਨ ਵਾਲ ਨੂੰ ਆਰਡਰ ਕਰਕੇ ਰੱਖ ਦੂ ਤੇ ਪਹਿਲਾਂ। ਬਸ ਠੀਕ ਆ, ਬੁੱਕ ਕਰਵਾ ਦੂੰਗਾ। ਕੋਈ ਨਾ, ਮੈਂ ਪਹਿਲਾਂ ਬਜਾਜ ਵਾਲਾ ਕਾਰਡ ਪੁੱਛਦਾ ਯਾਰ। ਫਿਰ ਚੱਲ ਪੁੱਛ ਲੈ ਕੇ ਤਾਂ ਦੇਣੀ ਆ ਯਾਰ ਹੁਣ ਵਿਚਾਰੀ ਨੂੰ। ਹੋਰ ਆ ਮਾਪੀ ਕਰਾ ਦੂ ਪਾਪੇ, ਮੇਰੀ ਗੱਲ ਸੁਣੋ ਰੇਤਾ। ਕੰਧ ਡਿੱਗੀ ਨੂੰ 3 ਦਿਨ ਹੋ ਗਏ, ਬਥੇਰਾ ਕਿਹਾ ਸੀ ਕੰਧ ਸਾਫ਼ ਕਰਦੇ, ਕੰਧ ਕਢਾ ਦੇਣੇ। ਉਹ ਕਰ ਦੂ ਪਾਪੇ ਯਾਰ, ਮਾੜਾ ਜਿਹਾ ਆਪਦੇ ਘਰ ਕਣੀ ਵੀ ਧਿਆਨ ਰੱਖਣਾ ਪੈਂਦਾ। ਮੇਰੇ ਕੋਲ ਟਾਈਮ ਹੈਗਾ ਭਾਈ, ਮੇਰੀ ਗੱਲ ਤਾਂ ਸੁਣ। ਉਹ ਮੇਰੇ ਕੋਲ ਟਾਈਮ ਹੈਗਾ। ਉਹ ਯਾਰ ਸੁਣ, ਤਾਲਾ ਯਾਰ ਆ ਭਰੀ ਉਹ ਬੱਠਾ ਜਾ। ਹਾਂ, ਉਰੀ ਆ ਜਾ, ਇੱਧਰ ਉਰੀ ਖੜ ਜਾ। ਹਾਂ ਯਾਰ, ਉਹ ਮੋਬਾਈਲ ਮੰਗਦੀ ਆ ਬਾਪੇ ਯਾਰ 15। ਕੌਣ? ਪ੍ਰੀਆ। ਉਹ ਤਾਂ ਭਾਈ ਕਰੂੰਗਾ, ਟਰੱਕ ਮੰਗੂਗੀ ਫਿਰ। ਹੈ, ਤੇਰਾ ਕੀ ਆ ਹੁਣ? ਤੇਰੀ ਤਾਂ ਜ਼ਮੀਰ ਜਾਗਦੀ ਨਹੀਂ ਹੈਗੀ, ਸੌਂਗੀ ਜ਼ਮੀਰ ਤੇਰੀ ਤਾਂ। ਉਹ ਯਾਰ ਐਂ ਥੋੜੀ ਹੁੰਦਾ ਯਾਰ ਬਾਬੇ, ਤੂੰ ਤਾਂ ਯਾਰ ਲੜਨ ਵਾਲੀਆਂ ਗੱਲਾਂ ਕਰਨ ਲੱਗ ਜਾਂਦਾ ਯਾਰ। ਆਹ ਬੰਨੇ ਤੇਰੇ ਮੂਹਰੇ ਹੱਥ ਬਾਈ, ਠੀਕ ਹੈ? ਮੈਨੂੰ ਤਾਂ ਕਿਸੇ ਬਿਰਧ ਆਸ਼ਰਮ ਛੱਡਿਆ। ਉਹ ਯਾਰ ਬਾਬੇ 15 ਕਹਿ ਰਹੀ ਆ, ਕਹਿੰਦੀ ਹੁਣ ਲਾਂਚ ਹੋਇਆ ਜਿਹੜਾ, ਮਾਂ ਤੈਨੂੰ ਲੈ ਕੇ ਦਿੱਤਾ ਤੇ 14 ਬਾਬੇ ਮੰਨਦੀ ਨੇ ਰੁੱਸ ਕੇ। ਭੈਣ ਦਾ ਠਣਕਣਾ ਮਲਾ ਓਏ, ਕਿਤੋਂ ਲੈਤਾ ਜਾਂਦਾ ਹੈਗਾ ਫੋਨ ਫਾਨ ਜਾ? ਪਹਿਲਾਂ ਭੈਣ ਦਾ ਫੋਨ ਲੈਤਾ ਸੀ 40,000 ਰੁਪਏ ਵਾਲਾ ਦਿਨ ਜਦੋਂ ਦਾ ਬਾਬੇ। ਯਾਰ ਰੁੱਸ ਕੇ ਵਗ ਜੂ ਯਾਰ। ਭੱਜ ਇੱਧਰ ਜਾਣਾ, ਵਗ ਜਾ ਰੁੱਸ ਕੇ, ਨਾਲੇ ਤੂੰ ਵਗ ਜਾ, ਮੇਰੀ ਜਾਨ ਛੱਡੋ। ਉਹ ਕਿਸ਼ਤਾਂ ਕਰ ਲਾਂਗੇ ਬਾਪੇ, ਬਜਾਜ ਵਾਲੇ ਕਾਰਡ ਤੇ ਲੈ ਲਾਂਗੇ। ਮੈਂ ਇੱਕ ਮਾਰੂ ਮੇਰੇ ਸਾਰੇ ਮੱਥੇ ਚੱਕ ਕੇ ਰੋ। ਹੁਣ ਦੇ ਦੂੰ ਮੈਂ ਤੈਨੂੰ ਟੈਲੀਫੋਨ, ਝੋਦਾ ਬਣਿਆ ਟੈਲੀਫੋਨ ਦਾ, ਕੰਮ ਨਹੀਂ ਕਰਦਾ, ਵਾਸਤਾ ਨਹੀਂ ਕਰਦਾ, ਫੋਨ ਦੇ ਦੇ ਇਹਨੂੰ ਲੈ ਕੇ, ਛੱਡ ਦੇ। ਤੇਰੀ ਮਾਂ ਦੇ ਲੱਗੇ ਨੇ ਪੈਸੇ ਰੇ। ਹਾਂਜੀ ਹਾਂਜੀ, ਨਹੀਂ ਨਹੀਂ, ਆਪਾਂ ਪੱਕਾ ਪਲਾਨ ਬਣਾਉਂਦੇ ਹਾਂ ਸ਼ਿਮਲੇ ਦਾ। ਟੈਨਸ਼ਨ ਨਾ ਲਓ ਤੁਸੀਂ। ਯਾਰ ਕਹਿ ਤੁਹਾਨੂੰ ਮੈਂ ਪ੍ਰੀਆ। ਓਕੇ, ਸ੍ਰਿਸ਼ਟੀ ਮੈਂ ਤੁਹਾਨੂੰ ਕਰਦੀ ਹਾਂ, ਬੱਬੂ ਆਏ ਸੀ। ਮੈਂ ਥੱਲੇ ਲੱਭੀ ਜਾਂਦਾ ਸਾਨੂੰ, ਤੁਸੀਂ ਉਰੇ ਬਹਿ ਗਏ। ਹਾਂਜੀ। ਉਹ ਯਾਰ ਬੜਾ ਮੰਨਦਾ ਨਹੀਂ ਹੈਗਾ ਯਾਰ ਫੋਨ ਨੂੰ, ਕਹਿੰਦਾ ਯਾਰ ਪਿਛਲੇ ਮਹੀਨੇ ਤਾਂ ਲੈ ਕੇ ਦਿੱਤਾ, ਲੜ ਪਿਆ ਮੇਰੇ ਨਾਲ ਤਾਂ ਯਾਰ, ਕਹਿੰਦਾ ਮੇਰੇ ਮੂਰੇ ਕੋਲੇ ਪੈਸੇ ਨਹੀਂ ਹੈਗੇ। ਉਹ ਤਾਂ ਬਹੁਤ ਹਾੜੇ ਕੱਢੇ ਯਾਰ ਪ੍ਰੀਆ। ਬੱਬੂ ਇਹ ਤਾਂ ਗੱਲ ਨਹੀਂ ਹੈ ਕੋਈ, ਮੈਂ ਆਪਣੇ ਸਾਰੇ ਫਰੈਂਡਸ ਨੂੰ ਕਹਿਤਾ ਕਿ ਹਾਂ ਮੈਂ ਨਿਊ ਲਾਂਚ 'ਤੇ ਮੈਂ ਫੋਨ ਲੈ ਰਹੀ ਹਾਂ 15। ਉਹ ਯਾਰ ਪਹਿਲਾਂ ਕਾਹਤੋਂ ਕਿਹਾ ਤਾਂ ਹੈ? ਬੱਬੂ ਤੁਸੀਂ ਐਵੇਂ ਨਾ ਕਹੋ, ਮੈਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ।
ਠੀਕ ਹੈ ਤੁਸੀਂ ਹਰ ਇੱਕ ਵਾਰ ਇੱਦਾਂ ਹੀ ਕਰਦੇ ਹੋ ਪਹਿਲਾਂ ਤਾਂ ਜਦੋਂ ਮੈਰਿਜ ਨਹੀਂ ਸੀ ਹੋਈ ਉਦੋਂ ਤਾਂ ਬਹੁਤ ਵਧੀਆ ਸੀਗੇ ਇੱਕ ਚੀਜ਼ ਮੰਗਦੇ ਸੀ ਦੋ ਦੋ ਲਿਆ ਕੇ ਦਿੰਦੇ ਸੀਗੇ ਬੱਬੂ ਆਹ ਚੱਕੋ ਫੋਨ ਇਹ ਵੀ ਆਪਦੇ ਡੈਡ ਨੂੰ ਦੇ ਦਿਓ ਤੁਸੀਂ ਉਹ ਯਾਰ ਕੀ ਹੋ ਗਿਆ ਪ੍ਰੀਆ ਅਸਲ ਪਿਆਰ ਨਾ ਮੇਰੇ ਪਾਪਾ ਕਰਦੇ ਸੀਗੇ ਉਹ ਯਾਰ ਉਹ ਪਾਪਾ ਤੇ ਸਾਡੇ ਵਾਲੇ ਬੁੜੇ ਚ ਬੜਾ ਫਰਕ ਆ ਯਾਰ ਇਹਦਾ ਮੰਨਦੀ ਨਹੀਂ ਯਾਰ ਤੇਰੇ ਡੈਡ ਨੂੰ ਸਮਝ ਆਉਂਦਾ ਨਹੀਂ ਆਉਂਦਾ ਠੀਕ ਹੈ ਮੇਰੇ ਡੈਡ ਨੇ ਨਾ ਅੱਧੀ ਰਾਤ ਨੂੰ ਮੇਰੀ ਇੱਕ ਜ਼ੁਬਾਨ ਦੇ ਉੱਤੇ ਨਾ ਏਜੰਸੀ ਖਲਵਾ ਕੇ ਸਕੂਟੀ ਲੈ ਕੇ ਦਿੱਤੀ ਸੀ ਮੈਨੂੰ ਤੁਸੀਂ ਰੱਖੋ ਆਪਦਾ ਸਮਾਨ ਆਪਣੇ ਕੋਲ ਮੈਂ ਚੱਲੀ ਆਪਣੇ ਘਰੇ ਉਹ ਪ੍ਰਿਆ ਗੱਲ ਸੁਣ ਯਾਰ ਮੇਰੀ ਮੈਂ ਨਹੀਂ ਕੁਛ ਵੀ ਸੁਣਨਾ ਉਹ ਯਾਰ ਮੇਰੀ ਗੱਲ ਸੁਣ ਯਾਰ ਸਕੂਟਰੀ ਤਾਂ ਮੈਂ ਵੀ ਲੈ ਕੇ ਦੇ ਸਕਦਾ ਯਾਰ ਤੈਨੂੰ ਬੋਲ ਯਾਰ ਸਕੂਟਰੀ ਲੈ ਦਾ ਜਿਹੋ ਜਿਹੇ ਫੋਨ ਲੈ ਤਾਂ ਉਹੋ ਜਿਹੀ ਸਕੂਟਰੀ ਲੈ ਦੋ ਉਹ ਨਹੀਂ ਯਾਰ ਪੱਕਾ ਪੱਕਾ ਲੈ ਦੂੰਗਾ ਯਾਰ ਸਕੂਟਰੀ ਲੈ ਦੇਣਾ ਯਾਰ ਬੱਬੂ ਦੇਖ ਲਓ ਫਿਰ ਉਹ ਯਾਰ ਫੋਨ ਮੈਂ ਯਾਰ ਅਗਲੇ ਮੰਥ ਲੈ ਦੂੰ ਹੁਣ ਸਕੂਟਰੀ ਲੈ ਦੇਣਾ ਯਾਰ ਪਲੀਜ਼ ਯਾਰ ਰੁਕ ਜਾਓ ਨਾ ਫਿਰ ਨਾ ਕਿਉਂ ਕਿ ਹਾਂ ਮੇਰਾ ਕੀ ਤੁਸੀਂ ਕਹਿੰਦੇ ਹੁੰਦੇ ਹੋ ਕੀ ਤੁਹਾਡੇ ਪਾਪੇ ਨੂੰ ਕੀ ਕਹਿੰਦੇ ਹੋ ਬੁੜਾ ਹਾਂ ਬੁੜਾ ਠੀਕ ਹੈ ਉਹਨੇ ਫਿਰ ਐਕਸਕਿਊਜ਼ ਦੇ ਦੇਣਾ ਆ ਉਹ ਯਾਰ ਤੇਰੇ ਵਾਲੇ ਬੁੜੇ ਨੂੰ ਪੁੱਛ ਲਾ ਯਾਰ ਬਜਾਜ ਕਾਰਡ ਤੇ ਲੈ ਲੈਣਾ ਸਕੂਟਰੀ ਬੁੜਾ ਕੀ ਹੁੰਦਾ ਪਾਪਾ ਜੀ ਨੂੰ ਪੁੱਛ ਲਓ ਯਾਰ ਕਿਉਂ ਮੇਰੇ ਪਾਪੇ ਦੀ ਰਿਸਪੋਂਸੀਬਿਲਟੀ ਹੁਣ ਮੈਂ ਤੁਹਾਡੀ ਹਾਂ ਤੁਸੀਂ ਲੈ ਕੇ ਦਿਓਗੇ ਚੱਲ ਯਾਰ ਤੂੰ ਪਲੀਜ਼ ਯਾਰ ਰੁੱਸੀ ਨਾ ਮੈਂ ਕੁਝ ਕਰਦਾ ਯਾਰ ਤੂੰ ਆ ਫੜ ਫੋਨ ਮੈਂ ਯਾਰ ਮੇਰੇ ਵਾਲੇ ਬੁੜੇ ਨੂੰ ਪੁੱਛਦਾ ਡਰਾਮੇ ਸ਼ੁਰੂ ਹੋ ਜਾਂਦੇ ਇਹਨਾਂ ਦੇ ਪਿਓ ਪੁੱਤਾਂ ਦੇ ਮੇਰੀ ਇਨਸਲਟ ਕਰਵਾ ਕੇ ਰੱਖਤੀ ਬਹੁਤ ਵਧੀਆ ਸੀਗਾ ਬਿਕਰਾ ਮੇਰਾ ਪਾਪਾ ਕਿੱਥੇ ਆ ਪਿਸ਼ਾਬ ਕਰਨ ਗਿਆ ਹੋਇਆ ਪਾਪੇ ਹਾਂ ਉਰੇ ਹੀ ਮੜਾ ਜਾ ਉਰੀ ਦੱਸ ਦੇ ਕੀ ਹੈ ਉਹ ਯਾਰ ਬਾਪੇ ਪ੍ਰਿਆ ਨਾ ਸਕੂਟਰੀ ਮੰਗਦੇ ਹੁਣ ਮੋਬਾਈਲ ਤੋਂ ਤਾਂ ਮੈਂ ਟਾਲ ਦਿੱਤੀ ਉਹ ਭਾਈ ਮੇਰੇ ਕੋਲ ਕਿੱਥੇ ਨੇ ਪੈਸੇ ਤੁਹਾਡੇ ਤਾਂ ਨਿੱਤ ਨਵੇਂ ਡਿਮਾਂਡਾਂ ਨੇ ਹੈ ਹੌਲੀ ਤਾਂ ਬੋਲ ਪਿਆ ਨਾ ਮੇਰੇ ਸਾਲ ਦੀ ਕੋਈ ਫਸਲ ਵੱਢੀ ਆ ਮੈਂ ਹੈ ਨਾ ਕੋਈ ਮੈਂ ਕੋਈ ਕਾਰਖਾਨਾ ਲੱਗਿਆ ਹੈ ਮੇਰੇ ਵੀ ਉੱਥੇ ਰੁਪਈਏ ਲਿਆ ਰਿਹਾ ਦੇਦਾ ਉਹ ਯਾਰ ਮੋਬਾਈਲ ਤੋਂ ਤਾਂ ਮੈਂ ਟਾਲ ਦਿੱਤੀ ਕੰਮ ਧੰਦਾ ਤੁਸੀਂ ਕਰਨਾ ਨਹੀਂ ਤੁਹਾਡਾ ਭਾਈ ਆ ਡਿਮਾਂਡਾਂ ਹੀ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਹੌਲੀ ਤਾਂ ਬੋਲ ਪਿਆ ਕਰ ਪਾਪੇ ਯਾਰ ਕਿਉਂ ਐਵੇਂ ਕਰਦਾ ਹੁੰਦਾ ਯਾਰ ਮੈਂ 50 ਵਾਰ ਸਮਝਾਇਆ ਇਹਦਾ ਸਾਲਿਆ ਬਗਾਨਿਆ ਬੰਦਿਆਂ ਮੂਹਰੇ ਤੈਨੂੰ ਕੀ ਕਹਾਂ ਮੈਂ ਵੀ ਚੋ ਦਿਆ ਬੁੱਥੀ ਦੇਖ ਲੈ ਕਹੀ ਜੀ ਹੋ ਗਈ ਤੇਰੀ ਹੈਂ ਉਹ ਯਾਰ ਮੇਰੀ ਗੱਲ ਸੁਣ ਆਪਾਂ ਸੁਨਾਮ ਜਾਂਦੇ ਸਕੂਟਰੀ ਦੇਖ ਕੇ ਮੈਂ ਸਕੂਟਰੀ ਤੇ ਲਿਆਤੀ ਸਕੂਟਰੀ ਲੈ ਲੈਂਦੇ ਹਾਂ ਪਾਪੇ ਆਪਾਂ ਯਾਰ ਆਹ ਬੰਨੇ ਬਾਈ ਤੇਰੇ ਮੂਹਰੇ ਹੱਥ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਗੇ ਕਿਉਂ ਤੂੰ ਮੇਰੀ ਜਾਨ ਲੈਣੀ ਕਰੀ ਹੈ ਹੈਂ ਕਦੇ ਮੋਬਾਈਲ ਕਦੇ ਤੂੰ ਭੈਣ ਦਾ ਕਹਾ ਡੀਸੀ ਲੱਗਿਆ ਹੈ ਇੱਥੇ ਉਹ ਯਾਰ ਫਿਰ ਕੀ ਕਰਾਂ ਰੁੱਸਦੀ ਆ ਭਾਵੇਂ ਮਸਾਂ ਟਾਲ ਰੁੱਸਦਿਆ ਰੁੱਸ ਜਾਵੇ ਭੈਣ ਮਰਾ ਵੇਖ ਘਰ ਦੀ ਤਾਂ ਕਾਹਨੂੰ ਰੁੱਸੂਗੀ ਇਹ ਹੈਂ ਪਾਪੇ ਬਣ ਕੇ ਆਪਾਂ ਸਕੂਟਰੀ ਦੇਖ ਕੇ ਆਉਂਦੇ ਯਾਰ ਮੈਂ ਤੈਨੂੰ ਇੱਕ ਗੱਲ ਦੱਸਤੀ ਸਿਆਣੇ ਕਹਿੰਦੇ ਉਹਨਾਂ ਨੇ ਕਹਿੰਦੇ ਜੇ ਬੰਦੇ ਨੂੰ ਧੀਮੀ ਨੂੰ ਬੰਦਾ ਮੋਬਾਈਲ ਲੈ ਕੇ ਦੇ ਦੇ ਸਮਝ ਲੈਣਾ ਦੂਜਾ ਬੰਦਾ ਲੈ ਕੇ ਦਿੱਤਾ ਹੈਂ ਜੇ ਉਹਨੂੰ ਸਕੂਟਰੀ ਲੈ ਕੇ ਦੇਤੀ ਇਹ ਸਮਝ ਲੈ ਤੇਰੇ ਹੱਥੋਂ ਗਈ ਮੰਨ ਜਾ ਮੇਰੀ ਹਜੇ ਵੀ ਗੱਲ ਉਹ ਯਾਰ ਸਕੂਟਰੀ ਸਕੂਟਰ ਲਾ ਜਾਣਾ ਤੈਨੂੰ 5-4 ਹਜ਼ਾਰ ਦਾ ਯਾਰ ਸਕੂਟਰ ਕਿਹੜਾ ਚਲਾਉਂਦਾ ਯਾਰ ਸਕੂਟਰ ਚਲਾਇਆ ਕਰੂ ਉਹ ਸਕੂਟਰੀ ਲਿਆਉਣਿਆ ਪਾਪੇ ਕਿੰਨੇ ਕੀ ਦੇਊਗੀ ਪੁਰਾਣੀ ਪੁੱਛ ਲਾਂਗੇ ਕਿੰਨੇ ਕੀ ਦੇਊਗੀ ਨਵੀਂ ਤਾਂ 90,000 ਦੀ ਆ ਪਾਪੇ ਐਕਟਿਵਾ ਮੈਨੂੰ ਲੱਗਦਾ 90 ਤੋਂ ਵੀ ਉੱਤੇ ਹੋ 10-15 ਪੁਰਾਣੀ ਕਿੰਨੇ ਦੇਊਗੀ ਪੁਰਾਣੀ ਤਾਂ ਪਾਪੇ ਆਜੂ 50,000 ਦੀ ਆਜੂ ਪੁਰਾਣੀ ਬਜਾਜ ਕਾਰਡ ਪੁੱਛ ਲੈ ਮੈਂ ਆਪਦੇ ਨਾਂ ਕਰਾਉਂਗਾ ਮੈਂ ਤੈਨੂੰ ਪਹਿਲਾਂ ਦੱਸ ਦਾਂ ਕਰਾ ਲਈ ਤੂੰ ਵੀ ਚਲਾ ਲਿਆ ਕਰੀ ਯਾਰ ਮੈਨੂੰ ਕਿਹੜੀ ਚਲਾਉਣ ਦੇਵੇਂਗਾ ਤੂੰ ਨਾ ਪਾਪੇ ਚਲਾ ਲਈ ਉਹਦਾ ਨਾਲੇ ਗੇਰਾਂ ਨਹੀਂ ਹੁੰਦੀ ਰੋਟੀਓ ਲਾ ਦਿਆ ਕਰੋ ਭਾਈ ਮੈਂ ਤਾਂ ਰੋਟੀਓ ਬਹੁਤ ਹੈ ਆ ਜਾ ਪਾਪੇ ਚੱਲੇਗਾ ਹੁਣ ਨਹੀਂ ਜਾਏਗਾ ਮੈਂ ਤਾਂ ਹੁਣ ਮੈਂ ਇੱਥੇ ਮਿਸਤਰੀ ਛੱਡ ਕੇ ਕਿਵੇਂ ਜਾਵਾਂ ਮੈਂ ਹੈ ਐਂ ਕਿ 50,000 ਮੇਰੇ ਗਾਂ ਉੱਥੇ ਟਰੰਕ 'ਤੇ ਰੱਖਿਆ ਪਿਆ ਤੂੰ ਤਾਂ ਵੱਡੀਆਂ ਗੱਲਾਂ ਕਰਦਾ ਭਾਈ ਵੀ ਪੈਸੇ ਘਰੇ ਪਏ ਨੇ ਚੱਕ ਕੇ ਲਿਆਓ ਬਸ ਉਹਦੀ ਹਜੇ ਪੈਸੇ ਪੁੱਛੂਗਾ ਕਿਸੇ ਨੂੰ ਤਾਂ ਤੜਕੇ ਮਾੜਾ ਮੋਟਾ ਜਾਵਾਂਗੇ ਉੱਥੇ ਅੱਜ ਪੁੱਛ ਲਾ ਫਿਰ ਅੱਜ ਉੱਜ ਕੇ ਮੈਂ ਪੁੱਛ ਲਾ ਹੁਣ ਮੈਂ ਮਿਸਤਰੀ ਛੱਡ ਕੇ ਕਿਵੇਂ ਵਗ ਜਾ ਆਥਣੇ ਵਗ ਤਾਂ ਵਿਹਲਣਾ ਹੁਣ ਕਰੰਬਰ ਦਾ ਆਥਣੇ ਵਗ ਜੀ ਫਿਰ ਆਥਣੇ ਉੱਥੇ ਕੋਈ ਨਹੀਂ ਆਇਆ ਕੱਲ੍ਹ ਨੂੰ ਦੇਖਾਂਗੇ ਅੱਜ ਨਹੀਂ ਜਾ ਜਾਂਦਾ ਕੱਲ੍ਹ ਨੂੰ ਤਾਂ ਪੱਕਾ ਜਾਵਾਂਗੇ ਦੇਖਾਂਗੇ ਇੱਟਾਂ ਜਿਹਾ ਘੱਟਦਾ ਮੈਂ ਹੈਂ ਦੇਸੀ ਬਣਾ ਜਵਾਕ ਨਾ ਕਿਸੇ ਹੌਲੀ ਭਰ ਲੈ ਹੈਂ ਤੇਰੇ ਵਰਗੇ ਕਬੀਰ ਨੇ ਹੁਣ ਸਾਰਾ ਦੁਪਹਿਰਾ ਗਲੀਆਂ 'ਚ ਧੱਕੇ ਖਵਾਉਂਦੇ ਫਿਰਨਗੇ ਸਿਖਰ ਦੁਪਹਿਰਾ ਹੋਵੇ ਅਗਲਾ ਅੰਦਰ ਆਰਾਮ ਕਰਦਾ ਹੋਊਗਾ
हरवंश ओ हरवंश ओ हरवंश आ चाचा कैसे पुत्त बढ़िया जी बढ़िया तुसी दसो बढ़िया हाँ जी काम आए तेरे कोले दसो जी अंदर लेके दादा पुत्त हाँ जी हाय अच्छा चप्पल तो बाहर कट दिता अभी तो आप नहीं लेके बढ़ते अंदर रेता आ जाता चंद्र और कुछ नहीं जराबा भी कट दे ना कोई ना जराबा ले जराबा ले कोई ना और तो कट दिए हाँ यहाँ कट दो बबू और मोड़ फड़ा और चाचा बढ़िया अच्छा पता पुत तेरे को कम आए थी कट कर दें चाचा माड़ा जा कट कर दे मैं घबराहट हो लग जा रही आप अखा कहना थी हाँ चाचा दसो मैं कहती भी शेरा जी 50-60 हज़ार रुपये का हीला बन जाता ब्याज से आ मूहरे हम फसल बढ़ के दे देंगे चाचा 50-60 तेन पता चाचा हम जगह के पैसे ला के तो इन्ने पैसे कितने ने अपने को कल मल्ला अभी थोड़ा जहा एक स्कूटरी ही लियानी है जी एक मैं पैसे देने नहीं किसी थोड़े जे है तेन पता हूँ जवाब कितने सारे ने चाचा पहला भी तू लै गया थी वो भी नहीं हाले तक वापस करे कोई ना मल्ला मूहरे हम फसल वधिया हो गई की सुख नाल मेरी सारी मोड़ दूँ तेरे मैं कट्ठी मोड़ दांगा यार बबू तू देख ला कोई काम कर मैं तो कल नाले ला ला दुध का कम वधिया तेरा चल जाए तेन रख ला तेन किन्नी बार का कहा चाचा भेज दे मैनू बंदे की लोड़ है मैं बारो बंदा बुलाना घर का बंदा होजू मैं तो सबका फायदा ही है अगले महीने की नहीं देखिया तू मेरे नाल लग नाल तनखा वधिया बन दू तेरी चल भाई कोई ना होर नाल तनखा जे कटा दंगे पुत्त आपा पैसे चल कोई ना भाई आ जा चल बाकी तेरी मर्जी है भरावा मैं केड़ा धक्का लगा देना चल पक्का आ जा करूंगा यार कट देख ला चाचा ये कट नाल सरदा 50 का कर दे फिर है चल तेरी मेरे बापू नाल वधिया बन दी चाचा साया चार वधिया बनया होया अपना तेनू मैं तां नहीं जवाब दिंदा कोई ना भाई कट्ठी मोड़ दंगे भाई मां मां उधर भाग गए होगे चल मैं लेके आऊंगा और चाह पानी पियोगे चाचा ना भाई ना पानी ले दे भाई चाह तो रहन दे कोई ना ले दे देख ला कंजर दिया प्यो तो बाद किवें काम चक्या हैं घर बना लिया किड्डा वड़ होना है तू देख रहा मेरा है जनानी मांग लगे रहना सारा दिन बुढ़ी की तो सामली जमीन मेरा साला प्योली भी सामनी सुहा बेची इन्हें जो कि तकड़ा दुध के रुपया रुपया दो दो रुपये करके कैवे कम खड़ा कर लिया कलावा मार देने और चाचा फसल बड़ी वधिया वधिया भाई सोहनी है फसल बाड़ी तो चलो वधिया इनू वधिया पढ़ना लिखना ओदा फैट फूट वधिया ला लवे दुध दी है मैं तो चाचा बहुत बार कहता हूं मैं भी कहनो हट गया की करेंगे दो दिन आया करूंगा भाई अगले महीने आऊंगा और भरजाई दाल वधिया 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 ब्याह ते बुलाई नहीं ते पतंदरा बड़ा बाला भाई ब्याह ते खैर चुन्नी है जेड़ा चल मैं केड़ा बाला खांदा थी सागने लेके हुण आ जी तेरा अपना घर है हैं देना रात आ सारा दिन घर जाना सिख दिया फलाने ने मोबाइल ले लिया तू भी ले लिया मैं भी लूंगा निकम्मा तेरी वो कह पड़ी हुई है वो पता बी काम करी हुई है बी काम करी हुई है कपड़े ਦੇ ਨਾਲ ਬਾਹਾਂ ਨੂੰ ਅਲੇ ਜਾ ਤੇ ਗਿਣ ਲਾ 50 ਯਾਰ ਆ ਦੁੱਧ ਦਾ ਕਿਸੇ ਹੋਰ ਵਾਸਤੇ ਰੱਖਿਆ ਸੀ ਚਲ ਭਾਈ ਗਿਣਨਾ ਦਾ ਕੀ ਹੈ ਪੈਸੇ ਤਾਂ ਪੂਰੀ ਨੇ ਕਹਿੰਦਾ ਕਿਹੜਾ ਕੱਟੇ ਨੇ ਕਦੇ
ਲੈ ਕਰ ਬੂਬੂ ਆ ਕਰ ਕੇ ਸਾਈਨ ਜੀ ਕੋਈ ਨਾ ਮੋੜ ਦਾ ਨਾ 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 ਕੋਈ ਨਹੀਂ ਲਿਖਤ ਦਾ ਜ਼ਰੂਰੀ ਹੈ ਯਾਰ ਉਹਨੇ ਇਹ ਦੱਸੋ ਕੈ ਰੁਪਏ ਸੈਂਕੜਾ ਲਾਵੇਂ ਜਾਂ ਉਹਨੂੰ ਪਹਿਲਾਂ ਜਿੰਨਾ ਚਾਚਾ ਜਿੰਨਾ ਪਿਛਲੀ ਵਾਰ ਲਾਇਆ ਸੀ ਉਹਨੇ ਕੱਟ ਕਰ ਲਾ ਥੋੜਾ ਜਿਹਾ ਚਾਚਾ ਤੈਨੂੰ ਪਤਾ ਹੀ ਹੈ ਫਿਰ ਹਾਂ ਹਾਂ ਕਰ ਉਹਦੇ ਕਰ ਡੂੜੇ ਲਵੇਂਗਾ ਹਾਂ ਹੈ ਹਾਂ ਚਾਚਾ ਚੱਲ ਭਾਈ ਕੋਈ ਨਾ ਬਈ ਅਗਲੇ ਮਹੀਨੇ ਉਹ ਕਰ ਲਾਂਗੇ ਆਪਾਂ ਚੱਲੀਏ ਚੱਲ ਚੰਗਾ ਹੋ ਚਾਚਾ ਭੇਜ ਦੇ ਕਰਾ ਪੁੱਤ ਫਿਰ ਇਹਨੂੰ ਮੈਂ ਕੰਮ ਕਰ ਲੱਗ ਜੂ ਹਨਾ ਇਹਦੇ ਸਿਰ ਚ ਗਲੀਆਂ ਕੱਢ ਦੂਗੀ ਉਹ ਇਹਦੀ ਇੰਨੀ ਉਹ ਪੂਰੀ ਜਾਂਦਾ ਕੰਮ ਧੰਦਾ ਕਰ ਲਈ ਪੁੱਤ ਹੁਣ ਕੋਈ ਕੋਈ ਨਾ ਪਾਪੇ ਪ੍ਰਿਆ ਓ ਪ੍ਰਿਆ ਹਾਂਜੀ ਬੱਬੂ ਓ ਪ੍ਰਿਆ ਦੀ ਹੋ ਗਈ ਭੈਣ ਦਾ ਪੰਨਾ ਥਲੇ ਤਾਰੀ ਬੱਬੂ ਪੁਰਾਣੀ ਹੈ ਤਾਂ ਓ ਕੋਈ ਨਾ ਪੁਰਿਆ ਤੂੰ ਭਾਈ ਤੂੰ ਆਹ ਪੈਂਟ ਪੁੰਟ ਜੀ ਨਾ ਪਾਇਆ ਕਰ ਉਰੇ ਹੈ ਇਹਨਾਂ ਦਾ ਨਾ ਮਾਹੌਲ ਹੈ ਭਾਈ ਆਪਣਾ ਓ ਪਾਪੇ ਯਾਰ ਚੰਡੀਗੜ੍ਹ ਦੀ ਆ ਯਾਰ ਉਰੇ ਦੱਸ ਕੌਣ ਦੇਖਦਾ ਪ੍ਰਿਆ ਮੇਰੀ ਗੱਲ ਸੁਣੋ ਯਾਰ ਗੁੱਸੇ ਕਿਉਂ ਹੁੰਦੇ ਹੋ ਯਾਰ ਮੱਚ ਜਾਂਦਾ ਮੇਰੇ ਮੜਾ ਜਾ ਕਹਿਦੀ ਇਹਨਾਂ ਨੂੰ ਦੇਖ ਆ ਭੈਣ ਦਾ ਮੈਦਾ ਮੇਲੇ ਵਾਲੇ ਦੀਆਂ ਮਾਲਕ ਨੇ ਇਹ ਕੀ ਹੋ ਗਿਆ ਯਾਰ ਪੁਰਾਣੀ ਆ ਉਹ ਯਾਰ ਨਵੀਂ ਲਾਉਂਗਾ ਯਾਰ ਮੈਂ ਨਾਲੇ ਤੈਨੂੰ ਮੈਂ ਮੋਬਾਈਲ ਦਵਾਉਂਗਾ ਯਾਰ ਹਜੇ ਹੱਥ ਤੰਗਤੀ ਯਾਰ ਪੱਕਾ ਪੱਕਾ ਦਵਾਉਂਗਾ ਯਾਰ ਦੋ ਮੰਥ ਰੁਕ ਜਾ ਪ੍ਰੋਮਿਸ ਯਾਰ ਤੈਨੂੰ ਨਵੀਂ ਐਕਟਿਵਾ ਦਵਾਉਂ ਨਾਲੇ ਮੋਬਾਈਲ ਦਵਾਉਂ ਯਾਰ ਪਲੀਜ਼ ਯਾਰ ਦੋ ਮੰਥ ਰੁਕ ਜਾ ਬਸ ਮੇਰੇ ਪਾਪਾ ਨੇ ਸਕੂਟਰੀ ਦਵਾਈ ਆ ਯਾਰ ਫਿਰ ਆਉਂਦੀ ਨੀ ਹੈਗੀ ਚਲਾਉਣੀ ਨਹੀਂ ਫਿਰ ਲਈ ਸੀ ਨਾ ਉਦੋਂ ਫਿਰ ਤੁਹਾਡੇ ਨਾਲ ਵਿਆਹ ਹੋ ਗਿਆ ਅੱਛਾ ਉਦੋਂ ਸਿੱਖੀ ਨੀ ਤੀ ਚੱਲ ਆਪਾਂ ਗੇੜਾ ਦੇ ਕੇ ਆਉਂਦੇ ਹਾਂ ਜਾਂ ਮਾੜੀ ਮੋਟੀ ਤਾਂ ਆਉਂਦੀ ਹੋਊ ਦੇਖ ਲਾਂਗੇ ਚੱਲ ਟਰਾਈ ਕਰਕੇ ਦੇਖ ਲੈਂਦੇ ਹਾਂ ਠੀਕ ਆ ਲੈ ਪ੍ਰਿਆ ਆ ਜਾ ਮੂਹਰੇ ਆ ਜਾ ਪੱਕਾ ਮੈਂ ਡਿੱਗਦੀ ਤਾਂ ਨਹੀਂ ਨਹੀਂ ਡਿੱਗਦੀ ਨਹੀਂ ਹੌਲੀ ਰੱਖੀ ਰੇਸ ਬਸ ਬ੍ਰੇਕ ਇਹਦੇ ਇੱਧਰਲੇ ਨੇ ਇੱਧਰ ਹਾਂ ਖੜ ਜਾ ਹਜੇ ਨਹੀਂ ਖੜ ਜਾ ਇੱਕ ਮਿੰਟ ਦੂਰੀ ਬੈਠ ਬਾਵਾ ਨਾ ਯਾਰ ਹੱਕਣਾ ਖੜ ਜਾ ਬਸ ਇਹ ਕੁਛ ਨੀ ਕਰਨਾ ਤੂੰ ਠੀਕ ਆ ਡਿੱਗੂਗੀ ਨਹੀਂ ਨਹੀਂ ਡਿੱਗਦੀ ਨੀ ਰੇਸ ਨਾ ਉਹ ਕਰੀ ਪੱਕਾ 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 ਦੇਖ ਕੇ ਪ੍ਰਿਆ ਸਟੀਅਰਿੰਗ ਸਿੱਧਾ ਰੱਖ ਚਲੋ ਓਏ ਪੱਪੂ ਓ ਯਾਰ ਸਿੱਧਾ ਰੱਖਣਾ ਪਤਾ ਹੁਣ ਟੋਏ ਆ ਜਾਂਦੇ ਅੱਗੇ ਮੈਂ ਕੀ ਕਰਾਂ ਓ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਚੱਲ ਚੱਲ ਓਏ ਇੱਕ ਮਿੰਟ ਇੱਕ ਮਿੰਟ ਓ ਯਾਰ ਉਰੇ ਨਹੀਂ ਸਿੱਖਦੀ ਤੂੰ ਤੈਨੂੰ ਮੰਡੀ 'ਚ ਸਿਖਾ ਕੇ ਲਿਆਉਂ ਆਥਣੇ ਮੈਂ ਨਹੀਂ ਗੀ ਤੁਸੀਂ ਤਾਂ ਬਹਾਨੇ ਮਾਰਦੇ ਰਹਿੰਦੇ ਓ ਕਿੱਥੇ ਮਾਰਿਆ ਬਹਾਨਾ ਯਾਰ ਜਵਾਖਾਂ ਵਾਂਗੂ ਕਰਨ ਲੱਗ ਜਾਂਦੀਆਂ ਫਿਰ ਮੈਂ ਨਹੀਂ ਬੱਬੂ ਓ ਯਾਰ ਇਹਦਾ ਬਾਲਾ ਸਿਰ ਚੜ ਗਈ ਪ੍ਰਿਆ ਮੈਂ ਨਹੀਂ ਓ ਪ੍ਰਿਆ ਗੱਲ ਤਾਂ ਸੁਣ ਯਾਰ ਮੈਂ ਹਾਏ ਓ ਆਥਣੇ ਮੰਡੀ 'ਚ ਚੱਲਾਂਗੇ ਪ੍ਰਿਆ ਲੈ ਪ੍ਰਿਆ ਆਹ ਦੋਨੇ ਬ੍ਰੇਕ ਨੇ ਠੀਕ ਆ ਹਾਂਜੀ ਤੇ ਇੱਥੋਂ ਰੇਸ ਜਦੋਂ ਦੇਵੇਂਗੀ ਤੂੰ ਸਿੱਧਾ ਹੀ ਨਹੀਂ ਦੇਣੀ ਹੈਗੀ ਹੌਲੀ ਹੌਲੀ ਦੇਣੀ ਆ ਕਿਤੇ ਗਾਹਾਂ ਮਾਰੇ ਇਹ ਇਹ ਥੱਲੋਂ ਨਿਕਲ ਜਾਂਦੀ ਆ ਇਹ ਲੈ ਆ ਜਾ ਬੈਠਾ ਡਰੀ ਨਾ ਯਾਰ ਡਰ ਕੇ ਨਾ ਚਲਾਈ ਬਸ ਹਾਂ ਇਹ ਵੀ ਬ੍ਰੇਕ ਹੈ ਆ ਵੀ ਬ੍ਰੇਕ ਆ ਵੀ ਆ ਰੇਸ ਆ ਇੱਥੋਂ ਅੱਛਾ ਤੇ ਇਹਦੇ ਗੇਅਰ ਕਿੱਥੋਂ ਪੈਣਗੇ ਉਹ ਗੇਅਰ ਨਹੀਂ ਹੁੰਦੇ ਯਾਰ ਇਹਦੇ ਗੇਅਰ ਨਹੀਂ ਹੁੰਦੇ ਚੱਲ ਪ੍ਰਿਆ
हौली 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 चल 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 हाँ 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 चल 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 आई चल आई चल इधरों मोड़ ली इधरों किधरों मोड़ा आई मोड़ ला मोड़ ला चल सीधा लेके चलती हूँ आई हौली चली हौली चल 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 सीखगी 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 प्रिया सीखगी सीखगी हौली 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 चल चल बहुत बढ़िया प्रिया बहुत बढ़िया हूँ मैं चला लूंगी हाँ हाँ बहुत बढ़िया चलो 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 बहुत बढ़िया सीधा बहुत बढ़िया मैं मोड़नी भी आ गई हाँ 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 वेरी गुड इधर इधर सीधा चलो 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 बहुत अच्छा चलो 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 बहुत अच्छे बढ़िया बढ़िया प्रिया चल चल से मोटरसाइकिल इधर इधर कर ला भाई इधर कर ला चल चल हाँ प्रिया आए मोड़ दे हौली कल नू झट लवा दांगे मड़ी जी प्रिया प्रिया सीधा सीधा लंबी बाग जा लंबी आया प्रिया आजा चल दया करें यार कल नू होर सिखा दू थोड़ी जी दवाया कर तू गेड़े दो जा रहे ना ना दवाया करो लग गई ना होना चल ठीक है मिंटू भाई हाँ चंगा भाई मिल दिया फिर आपा है हाँ कोई दबा दिया कर तू पर कहीं दोरे दो तरह के डे ना ना कोई ना भाई और चलिए जानता है थे हड़ला भूमि पिंड दगा अच्छा तू ही चलाऊंगे क्या मैं चला माँ रोड आ यार प्रिया मैं चला लेना चला लेना चलो थे तक चला लो कहाँ आजो प्रिया आज चलिए मंडी चले अपन और मंडी आ रहा कर के देनु 2 मिनट जल्दी ले आंदी रेल बना रखे तने दी ओ पापा यार मंडी च लेके जाना नु स्कूटरी सिखा के लेना प्रिया केदरा नहीं जाना मंडी मंडी च क्यों मेरा तनु स्कड्डी जाना तू हैं ओ कल भी गई थी ओए ला दे वीर अंदर इनु बना ले हाथ मेरा हैं ओ कल भी गई थी यार पापा तू कल गई ता ही कहना तन्नु मैं 3600 बंदे ने कहता ओथे मेनू तन्नु की पिंड दा पहरावा पौंदे कोई माड़ा मोटा नु कहदे यार कोई ना यार तुसी आ कपड़े कपड़े ना पाया करो वे कपड़े दूजे पा लो ओ यार चंडीगढ़ दी आई यार एहे भैन मरा बे खड़के मेरा पिंड दा जाखा दे कोले आ भाई मैं चंडीगढ़ तो क्या अंब लेने है आंदे बापू दे कपड़े तले मंडी मुंडी किते नहीं जे सिखाउनी है नु हो तक ले लिया कर तही उथेरी खुली है चल ओथे तक की सिखा दूं कोई ना तू किथे जाना मैं दा टूले पैड च लेके आना होर मेरे कपड़े सेंस चेते आ जांदी है ओ यार फिर की हुंदा प्रिया यार उन्हूं यार चार बंदे ने कहता हूं यार ओदी भी इज्जत आ यार बापू मेरे कपड़े च की प्रॉब्लम है ओ वड्डा हिटलर है मैं घरे कैदी बन जा चल यार प्रिया गुस्सा ना कर यार तेनू पही ते सिखा देना स्कूटरी यार आ जा पही ते एड्डा गुराह आ जिन्नू तुसी पही कहंदे हो होर मैं कणकां च वाड़ता फिर मेरा ता कम हो गया होर किथे सिखिया मां मैं ता मंडी च सिखना या हाईवे ते चल यार आए कर तू सूट पाया यार आ यार जीन टॉप लाया दूजा सूट पाया यार आपां उत्थे हाईवे ते सिखा देना तेनू पर मंडी च नहीं आंदे यार ओ इहनू कहता हूं यार किसे ने पिछे लग जाऊंगी कली चला ली यार उथे तक ता लेके जाऊं तेनू पक्का हां पक्का जा पाया सूट पाया देख लो ओ यार प्रॉमिस आ यार फिर ना कह दियो बापू आ गया नहीं यार कोई चक्कर नहीं तू पाया जा भाग जा सूट पाया ले प्रिया सिख की तू ता तेरा लाइसेंस बना दंगे हुन संगरूर तो हां जी हुन मैं कली चला ला है कली चला ला हे इथे तक चला ला फिर उथों आ जी ले थोड़ा जे लंबा गड़ा
ਚੱਲ ਲੰਬਾ ਚਲਾ ਲਾ ਯਾਰ ਠੀਕ ਮੂੰਹ ਬੰਨ ਲਾ ਮੇਰੇ ਭਾਪੇ ਨੂੰ ਪਤਾ ਲੱਗ ਜੂ ਇੱਧਰ ਹੀ ਗਿਆ ਹੋਇਆ ਉਹ ਸਿਰ ਤੇ ਵੀ ਚੁੰਨੀ ਲੈ 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 ਵਧੀਆ ਉਹ ਬਣਾ ਲੈ ਆਹ ਕੱਪੜੇ ਪਾਇਆ ਕਰ ਯਾਰ ਤੂੰ ਵਧੀਆ ਲੱਗਦੀ ਆ ਹੋਰ ਨਾਲੇ ਪਾਪਾ ਤਰਾਜ ਕਰਦਾ ਮੇਰਾ ਫੋਨ ਫੋਨ ਤਾਂ ਮੇਰੇ ਲਈ ਰਹਿਣ ਦੇ ਤੂੰ ਇੱਥੇ ਤੱਕ ਜਾਇਆ ਬਸ ਹਾਂ ਫਿਰ ਦੇ ਦਿਓ ਨਾ ਮੇਰੀ ਫਰੈਂਡ ਦਾ ਫੋਨ ਆ ਚੱਲ ਵਗ ਜਾ ਲੰਬਾ ਗੇੜਾ ਹੈ ਨਾ ਹਾਂ ਉੱਥੋਂ ਆ ਜੀ ਬਸ ਮੁੜ ਕੇ ਬਾਲਾ ਲੰਬਾ ਨਾ ਜਾਈ ਪ੍ਰਿਆ ਬੜੀ ਦੂਰ ਨਾ ਜਾਈ ਟੇਕ ਕੇਅਰ ਚੱਲ ਵਧੀਆ ਸਿੱਖ ਗਈ ਯਾਰ ਲਾਇਸੈਂਸ ਬਣਾ ਦਾਂਗੇ ਦਾ ਹੁਣ ਸੰਗਰੂਰ ਤੱਕ ਜਾਇਆ ਆ ਗੁਰੂ ਜੀ ਮਾਸੀ ਲਵੇ ਚੱਲੀਏ ਜੇ ਭੇਜ ਦੀ ਫਿਰ ਜਾਂਗਾ ਭੇਜ ਦੂੰਗਾ ਕਹਿਤਾ ਤੂੰ ਉਹਨੂੰ ਰੇਡੀ ਵਾਲੇ ਨੂੰ ਭਰਾ ਦੂਗਾ ਉਹ ਹੋਰ ਯਾਰ ਕੰਧ ਜੀ ਡਿੱਗੀ ਭਾਣ ਦੇਣੀ ਜੀ ਜਿਹੜੀ ਉਹ ਜਿਹੜੀ ਭਰ ਲਈ ਤੀ ਉਹਦੇ ਵਾਲੀ ਹੋਰ ਚੱਲ ਕੋਈ ਨਾ ਤਾਂ ਭੇਜ ਦੂਗਾ ਆਹ ਓਏ ਬਦਨਾਮ ਨੇ ਅਸਲ ਦਾ ਚੌਂਟੇ ਚੱਕਦੀਆਂ ਨੇ ਹੋ ਜਾਂਦੀ ਧੂੜਾ ਕਰੂਗਾ ਅਗਲਾ ਮੇਰੀ ਗੱਲ ਸੁਣ ਨੂੰ ਤਾਂ ਭਾਈ ਸਾਡੇ ਵੀ ਹੈ ਪੜ੍ਹੀ ਲਿਖੀ ਹੈ ਚਾਹੇ ਬਸ਼ੱਕ ਪੈਂਟਾਂ ਪੁੰਟਾਂ ਪਾਉਂਦੀਆਂ ਮਜ਼ਾ ਲੈ ਭੈਣਾ ਗੇਟ ਤੋਂ ਬਾਹਰ ਪੈਰ ਧਰਦੇ ਪੁੱਛੇ ਬਣਾ ਸਿਆਣੀ ਹੈ ਬਾਹਲੀ ਸਿਆਣੀ ਕੱਪੜਿਆਂ ਨਾਲ ਕੀ ਹੁੰਦਾ ਹੁੰਦਾ ਯਾਰ ਬੰਦੇ ਦਾ ਹੋ ਜਾਏ ਸਿਆਣੀ ਆ ਅਗਲਾ ਲੋਡ ਜਾ ਰਹੇ ਹੁਣ ਭੈਣ ਮਰ ਗਿਆ ਯਾਰ ਇਹ ਭੈਣ ਟਮਾਟਰ ਵਰਗੀ ਹਾਂ ਚੱਲ ਠੀਕ ਹੈ ਫਿਰ ਚੰਗਾ ਚੰਗਾ ਆਹ ਫਿਰ ਟਾਈਮ ਹੀ ਬਾਹਲਾ ਲਾਤਾ ਪ੍ਰਿਆ ਨੇ ਬਾਹਲੀ ਲੰਬੀ ਲੰਘ ਗਈ ਆਹ ਪਾਪਾ ਵੀ ਤੁਰਿਆ ਹੁੰਦਾ ਉਹ ਆਹ ਲੜੂ ਮੇਰੇ ਨਾਲ ਇੱਥੇ ਬੈਠਿਆ ਓਏ ਹੈ ਬਾਪੇ ਇੱਥੇ ਕੀ ਕਰਦਾ ਬੈਠਿਆ ਕੁਛ ਨਹੀਂ ਸਕੂਟਰੀ ਜੇ ਸਿੱਖਣ ਆਏ ਹੋਏ ਤੇ ਹੈ ਸਕੂਟਰੀ ਸਿੱਖਣ ਆਏ ਹੋਇਆ ਮੇਰੇ ਆ ਸਾਲੇ ਆ ਜਮਾਨਾ ਖਰਾਬ ਆ ਗਿਆ ਗੌਰ ਰੱਖ ਕਰ ਬਹੁਤ ਕੀ ਹੋ ਗਿਆ ਇੱਥੇ ਇੱਕ ਜਨਾਨੀ ਜੀ ਮੇਰੇ ਸਲ ਦੀ ਬਿੰਦ ਚ ਲੈ ਗਈ ਬੰਦਾ ਬੈਠਿਆ ਕੇ ਅੱਛਾ ਹਾਂ ਕੋਈ ਹੋਊਗੀ ਕੀ ਚੋਦਿਆ ਕਿਤੇ ਹੋਰੇ ਕੁਛ ਹੋ ਜੇ ਜਮਾਨਾ ਬਹੁਤ ਮਾੜਾ ਆ ਗਿਆ ਉਹ ਯਾਰ ਪਾਪੇ ਪ੍ਰਿਆ ਹੀ ਜੀ ਨਹੀਂ ਹੈਗੀ ਠੀਕ ਆ ਤੂੰ ਹੀ ਨਾ ਉਹਦੇ ਵਿਚਾਰੀ ਤੇ ਸ਼ੱਕ ਕਰਿਆ ਕਰ ਬੈਕਵਰਡ ਸੋਚ ਆ ਤੇਰੀ ਗਈ ਕਿੱਧਰ ਹੋਈ ਤੇਰੀ ਬਹੂ ਇੱਧਰ ਹੀ ਗਈ ਹੋਈ ਆ ਥੋੜ੍ਹਾ ਜਿਹਾ ਲੰਬਾ ਲੰਘੀ ਉਹ ਕੀ ਪਾਇਆ ਉਹਨੇ ਭਲਾ ਹੋਈ ਹੈ ਕੀ ਪਾਇਆ ਹੋਇਆ ਸੂਟ ਸਲਵਾਰ ਪਾਇਆ ਹੋਇਆ ਹਰੇ ਰੰਗ ਦਾ ਹਾਂ ਲਾਲ ਜੀ ਸਲਵਾਰ ਹੈ ਹਾਂ ਲਾਲ ਜੀ ਸਲਵਾਰ ਹੈ ਲਾਲ ਜੀ ਚੁੰਨੀ ਆ ਸਕੂਟਰੀ ਭਲਾ ਆਪਣੇ ਕਿਹੜੇ ਰੰਗ ਦੀ ਹੈ ਕਾਲੇ ਦੀ ਕੀ ਹੋ ਗਿਆ ਬਾਪੇ ਆ ਜਾ ਘਰੇ ਹੁਣ ਉਹ ਯਾਰ ਗੱਲ ਤਾਂ ਦੱਸ ਦੇ ਉਹ ਲੈ ਗਈ ਬੰਦਾ ਭਜਾ ਕੇ ਕਿਸੇ ਦਾ ਉਹ ਯਾਰ ਪ੍ਰਿਆ ਨਹੀਂ ਹੈਗੀ ਬਾਪੇ ਉਹ ਯਾਰ ਹੋਰ ਕੌਣ ਹੈ ਤੈਨੂੰ ਮੇਰਾ ਸਾਲਿਆ ਮੈਂ ਕਦੋਂ ਦਾ ਸਮਝਾਉਣਾ ਆਉਂਦਾ ਸੀਗਾ ਔਲੇ ਦਾ ਖੱਦ ਦਾ ਸਿਆਣੇ ਦਾ ਕਿਸੇ ਦਾ ਮਗਰੋਂ ਪਤਾ ਲੱਗਦਾ ਮੋਬਾਈਲ ਦਿੱਤਾ ਸਮਝ ਲੈ ਬੰਦਾ ਦਿੱਤਾ ਸਕੂਟਰੀ ਦੇ ਦਿੱਤੀ ਸਮਝ ਲੈ ਰਾਹ ਬਣਾਤਾ ਉਹ ਯਾਰ ਬਾਪੇ ਯਾਰ ਉਹ ਨਹੀਂ ਹੈਗੀ ਯਾਰ ਉਹ ਹੋਰ ਕੌਣ ਹੈ ਉਹ ਸਾਰੇ ਦੇ ਨਿਸ਼ਾਨੀਆਂ ਨੇ ਦੀਆਂ ਮਤਾ ਉਹਦਾ ਲਾਇਸੈਂਸ ਵੀ ਬਣਾਉਣਾ ਦੀ ਬਾਪੇ ਯਾਰ ਲਾਇਸੈਂਸ ਤਾਂ ਹੁਣ ਬਣਾ ਤਾ ਅਗਲੇ ਨੇ ਆ ਜਾਖਲ ਵੀ ਟੱਪ ਗਏ ਉਹਨੇ ਉਦਾਂ ਬਣਿਆ ਲਾਇਸੈਂਸ ਦਾ ਨਾਲੇ ਹੋਰ ਉਹ ਯਾਰ ਐ ਕਿਵੇਂ ਭੱਜੋ ਬਾਪੇ ਯਾਰ ਕੋਈ ਬੈਗ ਨਹੀਂ ਬੂਗ ਨਹੀਂ ਉਹਦੇ ਲਵੇ ਯਾਰ ਜਾਖਲ ਤੇ ਲੋਗੀ ਦੋ ਜਿੱਪ ਵਾਲਾ ਬੈਗ ਹੋਣਾ ਵੱਡੀਆਂ ਵਾਲਾ ਨਾਲੇ ਨਾਲੇ ਹੱਥ ਨੇ ਵਾਲਾ ਟਰਾਲੀ ਬੈਗ ਦੀ ਉਹਨੂੰ ਆ ਜਾ ਪ੍ਰਿਆ ਉਹ ਬਾਪੇ ਮਾਗਰ ਦੇਖੇ ਹੁਣਿਆ